ਪਿਆਰੇ ਦਰਸ਼ਕੋ, ਆਪ ਸਭ ਜੀ ਦਾ ਸਾਡੇ YouTube ਦੇ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਪੰਜਾਬ ਦੇ ਪ੍ਰਸਿੱਧ ਆਰਟਿਸਟ ਜਸਵੰਤ ਸੁਲਤਾਨਪੁਰੀ ਜੀ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਅੱਜ ਦੇ ਕੰਪਿਊਟਰ ਦੇ ਯੁੱਗ ਵਿੱਚ ਕੁਝ ਸਮਰਪਿਤ ਚਿੱਤਰਕਾਰਾਂ ਨੇ ਆਪਣੀ ਕਲਾ ਨੂੰ ਆਪਣੇ ਹੱਥਾਂ ਦੀ ਕਲਾਤਮਿਕਤਾ ਦੇ ਨਾਲ ਇਸ ਢੰਗ ਨਾਲ ਸਵਾਰਿਆ ਹੈ ਕਿ ਉਹਨਾਂ ਦੀ ਬਣਾਈ ਹਰ ਤਸਵੀਰ ਮੂੰਹੋਂ ਬੋਲਦੀ ਹੈ। ਅਜਿਹੀ ਮਿਸਾਲ ਦਾ ਦੂਜਾ ਨਾਮ ਹੈ ਆਰਟਿਸਟ ਜਸਵੰਤ ਸੁਲਤਾਨਪੁਰੀ। ਜਸਵੰਤ ਸੁਲਤਾਨਪੁਰੀ, ਜੋ ਕਿ ਫੌਜੀ ਕਲੋਨੀ ਦਾ ਜੰਪਲ ਹੈ, ਨੇ ਆਪਣੀ ਕਲਾ ਨੂੰ ਜਿਉਂਦਾ ਰੱਖਣ ਲਈ ਕਿਸੇ ਮੈਡੀਕਲ ਜਾਂ ਇੰਜੀਨੀਅਰਿੰਗ ਦੇ ਖੇਤਰ ਵਿੱਚ ਜਾਣ ਦੀ ਬਜਾਏ ਫਾਈਨ ਆਰਟਸ ਵਿੱਚ ਹੀ ਆਪਣੀ ਪੋਸਟ ਗ੍ਰੈਜੂਏਸ਼ਨ ਕੀਤੀ। ਸਿੱਖਿਆ ਨੂੰ ਸਮਰਪਿਤ ਅਧਿਆਪਕ ਬਲਜਿੰਦਰ ਸਿੰਘ ਦੇ ਲਾਡਲੇ ਸ਼ਾਗਿਰਦ ਨੇ ਕਲਾ ਦੇ ਖੇਤਰ ਵਿੱਚ ਅਜਿਹੀਆਂ ਪੈੜਾਂ ਪਾਈਆਂ ਕਿ ਵੱਡੀਆਂ ਵੱਡੀਆਂ ਆਰਟ ਗੈਲਰੀਆਂ ਵਿੱਚ ਕਰਵਾਏ ਗਏ ਮੁਕਾਬਲਿਆਂ ਵਿੱਚ ਜੱਜ ਸਹਿਬਾਨਾਂ ਨੇ ਉਸ ਦੀ ਕਲਾ ਕਿਰਤ ਦਾ ਮੁੱਲ ਪਾਉਂਦੇ ਹੋਏ ਅਨੇਕਾਂ ਵਾਰ ਸਨਮਾਨ ਦਿੱਤਾ। ਜਸਵੰਤ ਦੇ ਹੱਥਾਂ ਨਾਲ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ, ਦਲੀਪ ਸਿੰਘ, ਰਾਜ ਗਾਇਕ ਹੰਸ ਰਾਜ ਹੰਸ, ਗੁਰਦਾਸ ਮਾਨ, ਸ੍ਰੀ ਹਰਿਮੰਦਰ ਸਾਹਿਬ, ਡਾਕਟਰ ਅਬਦੁਲ ਕਲਾਮ ਅਤੇ ਉੱਡਣਾ ਸਿੱਖ ਮਿਲਖਾ ਸਿੰਘ ਦੇ ਅਜਿਹੇ ਸਕੈਚ ਤਿਆਰ ਕੀਤੇ ਗਏ ਹਨ ਕਿ ਦੇਖਣ ਵਾਲੇ ਨੂੰ ਭੁਲੇਖਾ ਪੈਂਦਾ ਹੈ ਕਿ ਇਹ ਤਸਵੀਰਾਂ ਸਾਹ ਹੀ ਨਹੀਂ ਲੈਂਦੀਆਂ ਬਲਕਿ ਬੋਲਦੀਆਂ ਵੀ ਹਨ। ਜਸਵੰਤ ਸੁਲਤਾਨਪੁਰੀ ਨੇ ਆਪਣੀ ਕਲਾ ਕਿਰਤਾ ਰਾਹੀਂ ਵਹਿਮਾਂ ਭਰਮਾਂ ਨੂੰ ਦੂਰ ਕਰਨ ਲਈ ਮੁੱਖ ਆਧਾਰ ਬਣਾ ਕੇ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਆਪਣੀਆਂ ਕਲਾ ਕਿਰਤਾਂ ਦੀ ਨੁਮਾਇਸ਼ ਦਾ ਮੁੱਖ ਹਿੱਸਾ ਬਣਾਇਆ, ਤਾਂ ਜੋ ਵਿਦਿਆਰਥੀ ਵਹਿਮਾਂ ਭਰਮਾਂ ਤੋਂ ਬਚ ਕੇ ਤਰਕਸ਼ੀਲਤਾ ਨੂੰ ਅਪਣਾ ਕੇ ਵਿਗਿਆਨਕ ਜ਼ਿੰਦਗੀ ਨੂੰ ਜਿਉਣ ਜੋਗੇ ਹੋ ਸਕਣ। ਜਸਵੰਤ ਸੁਲਤਾਨਪੁਰੀ ਦੱਸਦਾ ਹੈ ਕਿ ਉਸਨੇ ਆਪਣਾ ਜੀਵਨ ਸਮਾਜ ਦੀ ਕਰੂਪਤਾ ਨੂੰ ਦੂਰ ਕਰਨ ਲਈ ਆਪਣੀਆਂ ਪੇਂਟਿੰਗਸ ਰਾਹੀਂ ਕਾਰਗਰ ਮਾਹੌਲ ਪੈਦਾ ਕਰਨ ਲਈ ਸਮਰਪਿਤ ਕਰ ਦਿੱਤਾ ਹੈ। ਅਸੀਂ ਜਸਵੰਤ ਸੁਲਤਾਨਪੁਰੀ ਦੇ ਉਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਪਰਮਾਤਮਾ ਪਾਸ ਅਰਦਾਸ ਕਰਦੇ ਹਾਂ ਕਿ ਉਹ ਜਸਵੰਤ ਸੁਲਤਾਨਪੁਰੀ ਜੀ ਨੂੰ ਹੋਰ ਮਿਹਨਤ ਕਰਨ ਦੀ ਤਾਕਤ ਪ੍ਰਦਾਨ ਕਰਨ ਅਤੇ ਉਹ ਇਸੇ ਤਰ੍ਹਾਂ ਹੀ ਦੇਸ਼ ਕੌਮ ਦੀ ਸੇਵਾ ਕਰਦੇ ਰਹਿਣ।